ਮੈਨੂੰ ਕਹਿੰਦੇ ਭਈ ਇਹ ਇਹਨੇ ਪੜਿਆ ਕੁਛ ਨੀ, ਸੱਚੀ ਨੀ ਮੈਂ ਪੜਿਆ ਯਾਰ, ਪੜਨ ਦੀ ਲੋੜ ਕੀ ਹੈ, ਝੁੱਡੂ ਦੱਸਣ ਨੂੰ ਬੈਠੇ ਆ ਸਾਰਾ ਕੁਛ, ਤੁਹਾਡੇ ਤੁਹਾਡੇ ਆਪਣੇ ਰਾਹੀਂ ਸਾਰਾ ਕੁਛ ਪਤਾ ਲੱਗੀ ਜਾਂਦਾ, ਅਸੀਂ ਕਾਹਦੇ ਪੜੀਏ, ਅਸੀਂ ਕਾਹਦੇ ਪੜੀਏ, ਮਤਲਬ ਪੜ ਕੇ ਲੈਣਾ ਵੀ ਕੀ ਆ ਹੈਨਾ। ਅੱਛਾ ਉਹ ਜਦੋਂ ਜਦੋਂ ਸਾਰੀ ਜ਼ਿੰਦਗੀ ਉਹਦੀ ਬਾਦ ਔਰੰਗ ਜੇਬ ਦੀ ਖੁਸ਼ਾਮਦੀ ਚ ਨਿਕਲੀ ਆ ਸਾਰੀ ਜ਼ਿੰਦਗੀ, ਤੇ ਸਿਰਫ ਦੋ ਚਾਰ ਸਾਲ ਉਹ ਇੱਥੇ ਆਇਆ ਆਨੰਦਪੁਰ ਸਾਹਿਬ, ਜੋ ਵੀ ਜਿੰਨਾ ਵੀ ਆਇਆ ਹੋਊਗਾ ਮੈਨੂੰ ਨੀ ਪਤਾ, ਫਿਰ ਨੀ ਕਾਲ ਗਿਣ ਲੱਗ ਪਾਣਾ, ਫਿਰ ਨੀ ਗਿਣ ਕੇ। ਉਹ ਕਹਿੰਦਾ ਨਾ ਕਿਸੇ ਦੇ ਡਾਟਾ ਪਿਆ, ਉਹ ਕਹਿੰਦਾ ਚਲੋ ਨੋਟ ਗਿਣੀਏ, ਕਹਿੰਦਾ ਛੱਡ ਯਾਰ ਕੱਲ ਨੂੰ ਅਖਬਾਰਾਂ ਚ ਆਏ ਜਾਣੇ, ਉੱਥੋਂ ਪਤਾ ਲੱਗ ਜਾਣਾ। ਹੁਣ ਜੇ ਮੈਂ ਕਿਸੇ ਦਾ ਸਾਲ ਵੱਧ ਘੱਟ ਹੋ ਵੀ ਗਏ ਕੋਈ ਗੱਲ ਨੀ, ਮੈਨੂੰ ਪਤਾ ਲੱਗ ਜਾਣਾ ਅਗਲੇ ਪ੍ਰੋਗਰਾਮਾਂ ਚ। ਇਹਨੇ ਆਪੇ ਡੇਟ ਆਪਾਂ ਬਰਫ ਦਾ ਦੱਸ ਦੇਣੀ ਆ ਸਾਨੂੰ ਸਾਰੀਆਂ ਹੀ, ਸਾਨੂੰ ਕੀ ਟੈਨਸ਼ਨ ਲੈਣ ਦੀ ਲੋੜ ਆ ਨਾ, ਆਪੇ ਕੱਢ ਦੇਣਾ ਨੀ। ਅੱਛਾ ਉਹ ਨਾ ਉਹ ਉੱਥੇ ਚਲੋ ਆਇਆ, ਹੁਣ ਰਣਜੀਤ ਸਿੰਘ ਦੀ ਦੂਜੇ ਚ ਤੇ ਲੰਗਰ ਚ ਰਹਿੰਦਾ ਸੀਗਾ ਹੈਨਾ। ਮੈਨੂੰ ਤਾਂ ਏਦਾਂ ਲੱਗਦਾ ਹੋ ਸਕਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਸਾਹਮਣੇ ਵੀ ਨਾ ਆਇਆ ਹੋਵੇ ਕਦੇ, ਕਿਉਂਕਿ ਜੋ ਲਿਖਿਆ ਜਾਂਦਾ ਹੁੰਦਾ ਨਾ ਜਿਹੜੀਆਂ ਸਿਫਤਾਂ, ਜਦੋਂ ਹੁਣ ਇੱਥੇ ਅੱਜ ਦੇ ਜਮਾਨੇ ਚ ਠਾਕੁਰ ਸਾਹਿਬ ਕਹਿੰਦਾ ਵੀ ਉਹ ਜਿਹੜਾ ਜਿਹੜਾ ਜਨਰਲ ਸਵੇਕ ਸਿੰਘ ਆ ਤੇ ਮੇਰੇ ਪੱਟਾਂ ਚ ਮਰਿਆ, ਜਮਦਮ ਤੋੜਿਆ, ਹੁਣ ਉਹਦਾ ਰੌਲਾ ਪੈ ਗਿਆ ਨਾ ਬਾਹਰ, ਫਿਰ ਉਹਦਾ ਪਹਿਲੇ ਬਾਹਰ ਨਿਕਲ ਗਿਆ। ਹੁਣ ਜੇ ਰੌਲਾ ਨਾ ਪੈਂਦਾ ਕੋਈ ਨਾ ਬੋਲਣ ਵਾਲਾ ਹੁੰਦਾ, ਉਹ ਤਾਂ ਇਹਨਾਂ ਦੀ ਗੱਲ ਆਪਸ ਵਿੱਚ ਹੀ ਸੀਗੀ, ਤਾਂ ਰੌਲਾ ਪਾ ਲਿਆ। ਜੇ ਕਿਸੇ ਬਗਾਨੇ ਬਾਰੇ ਗੱਲ ਕਰਨੀ ਹੁੰਦੀ ਤਾਂ ਤਾਂ ਮੰਨ ਗਿਆ ਸੀ, ਕਹਿੰਦਾ ਭਾਵੇਂ ਪੱਟਾਂ ਚ ਉਹਨੂੰ ਕਥਾ ਕਰ ਦਿੱਤੀ ਸੀ, ਅਗਲੇ ਦਾ ਕਥਾ ਕਰਤੀ, ਕਿਸੇ ਨੇ ਲਿਖ ਦੇਣੀ ਸੀ, ਲਿਖ ਕੇ ਕਿਸੇ ਨੇ ਬੁੱਕ ਬਣਾ ਦੇਣੀ ਸੀ, ਉਹਦਾ ਗ੍ਰੰਥ ਬਣ ਜਾਣਾ ਸੀ, ਆ ਗਈ ਸਾਡੇ ਮੇਰੇ ਸਾਹਮਣੇ, ਤੇ ਉਹਦਾ ਪੱਟਾਂ ਕਥਾ ਕਿਉਂ ਦੇ ਗੋਲ ਵਿੱਚ ਜੰਮ ਤੋੜਿਆ, ਬਣ ਗਈ ਸੀ ਗੱਲ, ਹੋ ਗਈ ਏਦਾਂ ਬਣਾਏ ਗ੍ਰੰਥ, ਏਦਾਂ ਗ੍ਰੰਥ ਬਣਾਏ। ਅੱਛਾ ਹੁਣ ਮੈਂ ਇਹਨਾਂ ਨੂੰ ਸਵਾਲ, ਮਤਲਬ ਸੋਤਿਆਂ ਨੂੰ ਸੋਚਣਾ ਥੋੜਾ ਜਿਹਾ ਭਾਜੀ, ਆਪਾਂ ਪਹਿਲਾਂ ਟਕਸਾਲੀਆਂ ਵਾਲੀ ਚੱਕਣੀ ਹੈ ਇੱਕ, ਉਹਨਾਂ ਦੀ ਹੈਗੀ ਆ ਜਿਹੜੀ ਉਹ ਜਿਹੜੀ ਮਹਾ ਸਿੰਘ ਵਾਲੀ ਉਹ ਸਾਖੀ ਉਹਨਾਂ ਦੀ, ਉਹ ਕਹਿੰਦੇ ਵੀ ਜਦੋਂ ਗੁਰੂ ਪਾਤਸ਼ਾਹ ਦੇ ਕੋਲ ਉੱਥੇ ਖਾਣਾ ਮੁੱਕ ਗਿਆ, ਸਾਰਾ ਕੁਛ ਹੋ ਗਿਆ, ਉਹ ਕਹਿੰਦੇ ਸੱਤ ਰਹਿਣਾ ਨੀ ਹੁੰਦਾ ਸੀ, ਰਹਿਣਾ ਨੀ, ਅਕਸਮ ਦੇ ਬੱਚੇ ਆ ਘਰ ਜਾਣਾ ਚਾਹੁੰਦੇ ਹੋਣਗੇ, ਮੈਂ ਸਾਖੀ ਉਹਨਾਂ ਦੀ ਗੱਲ ਕਰਦਾ, ਮੈਂ ਆਪਣੀ ਨੀ ਗੱਲ ਆਪਾਂ ਆਪ ਦੱਸਿਆ ਵਾ ਹਨਾ। ਗੁਰੂ ਪਾਤਸ਼ਾਹ ਕਹਿੰਦੇ ਸਾਨੂੰ ਵਧਾਵਾ ਲਿਖ ਕੇ ਦਿਓ, ਤੇ ਜਦੋਂ ਆਪਣੇ ਘਰ ਚੋ ਨੰਦ ਲਾਲ ਹੋਣੀ ਤੁਰੇ ਹੋਊਗੇ ਬਾਹਰ ਨੂੰ, ਇਹਨਾਂ ਤੋਂ ਕਦੇ ਨੀ ਵਧਾਵਾ ਮੰਗਿਆ, ਮਤਲਬ ਇਹਨਾਂ ਨੂੰ ਬੱਚੇ ਇਹਨਾਂ ਨੂੰ ਨੀ ਸੀਗੇ ਪਿਆਰੇ। ਅੱਛਾ ਫਿਰ ਚੱਲ ਗਏ ਉੱਥੇ ਉਹ ਹੈਨਾ ਭਾਜੀ, ਮਾਤਾ ਭਾਗ ਕੌਰ ਦੇ ਕਿੰਨੇ ਰਿਸ਼ਤੇ ਆ ਗੁਰੂ ਗੋਬਿੰਦ ਸਿੰਘ ਨਾਲ, ਇੱਕ ਰਿਸ਼ਤਾ ਆ ਗੁਰੂ ਸਿੱਖ ਦਾ। ਮਾਤਾ ਸੁੰਦਰੀ ਦੇ ਕਿੰਨੇ ਰਿਸ਼ਤੇ ਆ ਗੁਰੂ ਗੋਬਿੰਦ ਸਿੰਘ ਨਾਲ, ਉਸ ਘਰ ਨਾਲ ਇੱਕੋ ਹੀ ਪਤੀ ਦਾ, ਨਹੀਂ ਨਹੀਂ ਪੰਜ, ਸੋਰੀ ਹਾਂ, ਪੁੱਤਰਾਂ ਦਾ ਗੁਰੂ ਗੋਬਿੰਦ ਸਿੰਘ ਨਾਲ, ਪਤੀ ਪਤਨੀ ਦਾ ਗੁਰੂ ਗੋਬਿੰਦ ਸਿੰਘ ਨਾਲ, ਮਾਂ ਪੁੱਤ ਦਾ ਰਿਸ਼ਤਾ, ਨੂੰ ਸੱਸ ਦਾ ਰਿਸ਼ਤਾ, ਤੇ ਗੁਰੂ ਸਿੱਖ ਦਾ ਰਿਸ਼ਤਾ, ਅਖਤਰ ਤੇ ਸਿੱਖ ਵੀ ਸੀਗੀ ਹੈਨਾ, ਤੇ ਇੱਕ ਰਿਸ਼ਤਾ ਸਭ ਤੋਂ ਨਾਜ਼ੁਕ ਰਿਸ਼ਤਾ ਸੀਗਾ ਦਿਲ ਹਾਰਨ ਦਾ ਰਿਸ਼ਤਾ। ਹੁਣ ਇਹ ਗੱਲ ਨੂੰ ਗਲਤ ਨਾ ਲੈਣ, ਕਿਸੇ ਵਿਆਹੇ ਬਰੇ ਗੁਰੂ ਪਾਤਸ਼ਾਹ ਤੇ ਦਿਲ ਹਾਰਿਆ ਤੇ ਸਮਾਜ ਨਾਲ ਲੜ ਗਈ ਤੇ ਮੈਂ ਇਹਦੇ ਨਾਲ ਵਿਆਹ ਕਰਵਾਉਣਾ, ਦਿਲ ਹਾਰਨ ਦਾ ਰਿਸ਼ਤਾ ਹੈ ਨਾ। ਪੰਜਾਂ ਰਿਸ਼ਤਿਆਂ ਚੋਂ ਦੱਸੋ ਕਿਹੜਾ ਜਿਹੜਾ ਦੋਸਤਾਂ ਦੇ ਵਿੱਚ ਛੱਡ ਕੇ ਜਾਣ ਵਾਲੇ ਰਿਸ਼ਤਾ ਹੈ, ਦੱਸੋ ਇੱਕ ਵੀ ਦੱਸੇ ਮੈਨੂੰ, ਨਹੀਂ ਕੋਈ ਨੀ, ਪਿਆਰ ਵਾਲਾ ਤਾਂ ਖਾਸ ਕਰਕੇ ਨੀ ਨਾ। ਹਾਂ ਉਹ ਤਾਂ ਮਰ ਕੇ ਪਹਿਲਾਂ ਮਰ ਕੇ ਆਈ, ਉਹ ਤਾਂ ਛੱਡੇ ਨੀ ਸਕਦੀ, ਮਰੂਗੀ ਪਹਿਲਾਂ ਹੋ ਕੇ ਮੋਹਰੇ, ਜਿਹੜੀ ਪਹਿਲਾਂ ਮਰ ਕੇ ਤੁਰੀ ਹੈ, ਜਿਹੜੇ ਪਹਿਲਾਂ ਸਵੀਕਾਰ ਹੀ ਕਰ ਲਿਆ ਕਿ ਨਹੀਂ। ਹੁਣ ਮਾਤਾ ਭਾਗ ਕੌਰ ਉੱਥੋਂ ਇੱਕ ਰਿਸ਼ਤਾ ਨਿਭਾਉਣ ਲਈ 200 ਕਿਲੋਮੀਟਰ ਤੇ ਉਹਨਾਂ ਦੀ ਆਤਮਾ ਜਾਗ ਪਈ, ਉਹਨਾਂ ਨੂੰ ਦੇਖ ਕੇ ਉਹ ਮਰਨ ਤੁਰ ਪਈ, ਤੇ ਪੰਜਾਂ ਰਿਸ਼ਤਿਆਂ ਵਾਲੀ ਦੀ ਆਤਮਾ ਨੀ ਜਾਗੀ, ਜੋ ਬਾਹਰ ਚਲੇ ਵੀ ਗਈ ਸੀ ਦਿੱਲੀ, ਫਿਰ ਨੀ ਮਰਿਆ, ਫਿਰ ਨੀ ਆਤਮਾ ਜਾਗੀ। ਉਹਨੇ ਕਿਹਾ ਤੇ ਚਲੋ ਮੇਰੇ ਤਾਂ ਬੱਚੇ ਮੇਰੇ ਤੇ ਗੁਰੂ ਦੇ ਭਾਰੀ, ਮੇਰੇ ਪਤੀ ਦੇ ਭਾਰੀ ਪਈ, ਉਹ ਮੇਰੀ ਸੱਸ ਉਹਨਾਂ ਦੇ ਕਬਜ਼ੇ ਚ ਆ, ਮੇਰੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਜਾਨ ਮਤਲਬ ਬੰਦਾ ਦੇਖ ਦੇਖ ਜੀ ਦਾ, ਜਿਹਨਾਂ ਨੂੰ ਜਿਹੜਾ ਬੜਾ ਮਾਂ ਬਚ ਨੀ ਸਕਦੀ, ਉਹ ਮੇਰੇ ਵੀ ਪਹੁੰਚੇ, ਮੈਂ ਇੱਥੇ ਬੈਠੀ ਕੀ ਕਰਦੀ ਹਾਂ।
ਕਿਸੇ ਕਿਸੇ ਵੀ ਪੱਖੋਂ ਨਹੀਂ ਜੋੜ ਸਕਦੇ ਜਿਹੜੀ ਕਹਾਣੀ ਨਹੀਂ ਬਣਾਈ ਆ ਜਾਣੀ ਜਾਂ ਪਹਿਲੀਆਂ ਗਲਤ ਆ ਜਾਂ ਦੂਜੀਆਂ ਨਹੀਂ ਤੁਸੀਂ ਦੱਸੋ ਹਾਂ ਬਿਲਕੁਲ ਤੁਸੀਂ ਯਾਰ ਬਾਕੀ 8 ਸਾਲ ਗੁਰੂ ਪਾਤਸ਼ਾਹ ਫਿਰ ਰਹੇ ਆ ਉਹਨਾਂ ਦੇ ਨਾਲ ਫਿਰ ਕਿਤੇ ਨਹੀਂ ਆਈ ਹੁਣ ਨੰਦ ਲਾਲ ਉਹਦੇ ਨਾਲ ਤੁਰਿਆ ਫਿਰਦਾ ਉਹਨੇ ਕਿਹਾ ਨੀ ਹੋਗਾ ਵੀ ਤੂੰ ਨੰਦ ਲਾਲ ਨੂੰ ਵੀ ਤੇਰੀਆਂ ਡੜੀਆਂ ਬੁੱਕਾਂ ਆ ਯਾਰ ਤੂੰ ਰਾਖ ਤੱਕ ਜੀ ਬਾਰਨ ਦੀਆਂ ਗੱਲਾਂ ਕਰਦਾ ਤੂੰ ਕਹਿੰਦਾ ਮੇਰੀ ਰਾਖ ਵੀ ਇੱਥੇ ਰਹੇ ਆਨੰਦਪੁਰ ਚ ਰਹੇ ਉਹਦੇ ਕਦਮਾਂ ਚ ਅੱਜ ਤੂੰ ਇਹਨੂੰ ਬਿਰਤਾ ਛੱਡ ਕੇ ਤੇ ਮੇਰੇ ਨਾਲ ਤੁਰਿਆ ਫਿਰਦਾ ਬਾਹਰ ਜਾ ਕੇ ਮਰਕਾ ਲੜ ਉਹਦੇ ਨਾਲ ਨਾਲੇ ਜਿਹੜੇ ਜਿਹੜੇ ਤਾਂ ਬਦਾਵਾ ਲਿਖ ਕੇ ਗਏ ਆ ਹਾਂਜੀ ਉਹਨਾਂ ਨੂੰ ਤਾਂ ਮੁਕਤਸਰ ਭੇਜ ਦਿੱਤਾ ਮੁੜ ਕੇ ਤੇ ਉਹ ਜਿਹੜੇ ਘਰ ਵਾਲੇ ਆ ਉਹਨਾਂ ਨੂੰ ਪਤਾ ਨੀ ਲੱਗਾ ਦਿੱਲੀ ਤੋਂ ਆਏ ਹੀ ਨੀ ਮੁੜ ਕੇ ਜਾਣੀ ਜੇ ਤੁਸੀਂ ਨਿਕਲੇ ਗਈਆਂ ਬਾਹਰ ਹੈ ਜੰਗਲ ਜੋ ਬਹਿ ਜਾ ਲੜਾਈ ਤੁਹਾਨੂੰ ਪਤਾ ਨੀ ਵੀ ਦਿੱਲੀ ਜਾਣਾ ਤੁਸੀਂ ਕਿਤੇ ਵੱਖ ਖੜ ਜਾਓ ਠੰਡੀ ਹੋ ਜਾਵੇ ਗੱਲ ਖੜ ਜਾਵੇ ਕਿਤੇ ਨਾ ਕਿਤੇ ਦਿਨ ਕੱਟ ਲਓ ਤੁਹਾਡਾ ਪਰਿਵਾਰ ਹੈ ਤੁਹਾਡਾ ਹਰ ਬੰਦਾ ਬੱਚੇ ਨੂੰ ਪਿੱਛੇ ਨੂੰ ਮੁੜ ਕੇ ਦੇਖਦਾ ਤੇ ਮੇਰੇ ਪਰਿਵਾਰ ਦਾ ਕੀ ਵਾਪਰੂ ਯਾਰ ਕਿੱਥੇ ਮਾਂ ਛੱਡ ਕੇ ਜਾਂਦੀ ਬੱਚਿਆਂ ਨੂੰ ਇੱਕ ਪਾਸੇ ਉਹ ਬੁੱਢੀ ਮਾਂ ਆ ਜਿਹਦੇ ਜਿਹਦੇ ਹੱਡ ਜਿਹੜੇ ਹੱਡਾਂ ਨਾਲੋਂ ਮਾਸ ਨੀ ਛੱਡ ਚੁੱਕੇ ਆ ਉਹ ਉਹਨੂੰ ਛੱਡਿਆ ਹੀ ਨੀ ਬੱਚਿਆਂ ਦਾ ਹੱਥ ਮਤਲਬ ਤੁਸੀਂ ਕਿੱਦਾਂ ਉਹਨੂੰ ਕਿੱਦਾਂ ਮਿਲਾਓਗੇ ਕਿੱਦਾਂ ਕਹੋਗੇ ਗੁਰੂ ਗੋਬਿੰਦ ਸਿੰਘ ਦੀ ਵਿਧਵਾ ਉਹ ਨਾਲੇ ਮੈਂ ਕਹਿੰਦਾ ਜੇ ਭਲਕੇ ਨੂੰ ਇਹ ਜਾਗਰੂਕ ਦਿਮਾਗ ਲੜਾ ਲੈਣ ਮੰਨ ਲਓ ਕਿਉਂਕਿ ਇਹ ਹੰਸਮਿਰਤੀ ਲਾ ਲੈਂਦੇ ਹੁੰਦੇ ਆ ਹਾਂਜੀ ਹੁਣ ਗੁਰਜੰਟ ਸਿੰਘ ਹੋਣੀ ਗੁਰਜੰਟ ਹੋਣੀ ਇਹ ਨਛੱਤਰ ਹੋਣੀ ਇਹਨੀ ਇੱਦਾਂ ਲਾ ਕੇ ਇਹਨੀ ਕੋਈ ਨੁਕਤਾ ਲੱਭ ਕੇ ਨੀ ਕਹਿਣਾ ਨਹੀਂ ਜੀ ਨਹੀਂ ਮਾਤਾ ਜੀ ਹੋਣੀ ਤਾਂ ਜਦੋਂ ਤਲਵੰਡੀ ਸਾਬੋ ਦਸਵੇਂ ਪਾਤਸ਼ਾਹ ਬੈਠੇ ਆ ਉਸ ਵੇਲੇ ਆ ਕੇ ਹਾਜ਼ਰ ਹੋਏ ਆ ਮੰਨ ਲਓ ਲਾ ਦੇਣ ਕਰ ਦੇਣ ਇਹ ਪਰ ਇੱਕ ਸਵਾਲ ਪੈਦਾ ਹੁੰਦਾ ਵੀ ਆਨੰਦਪੁਰ ਛੱਡਣ ਤੋਂ ਬਾਅਦ ਚੱਲ ਗਿਆ ਦਿੱਲੀ ਮੁੜ ਕੇ ਤਲਵੰਡੀ ਸਾਬੋ ਜਦੋਂ ਦਸਵੇਂ ਪਾਤਸ਼ਾਹ ਸ਼ਾਂਤ ਹੋ ਕੇ ਸਾਰਾ ਮੁੱਕ ਮੁਕਾ ਗਿਆ ਤਾਂ ਉਹਨਾਂ ਕੋਲ ਆ ਗਏ ਤੇ ਉਹ ਤੋਂ ਬਾਅਦ ਦਸਵੇਂ ਪਾਤਸ਼ਾਹ ਚੱਲ ਗਏ ਦੱਖਣ ਬੰਦਾ ਸਿੰਘ ਬਹਾਦਰ ਭੇਜ ਦਿੱਤਾ ਉਹਨੇ ਸਰਹੰਦ ਤਬਾਹ ਕਰ ਦਿੱਤਾ ਤੇ ਜਦੋਂ ਬੰਦਾ ਸਿੰਘ ਬਹਾਦਰ ਦੀ ਚੜ੍ਹਾਈ ਦਾ ਟਾਈਮ ਆਇਆ ਉਦੋਂ ਫਿਰ ਦਿੱਲੀ ਬਹਿ ਗਿਆ ਜਾ ਕੇ ਫਿਰ ਦਿੱਲੀ ਚੱਲ ਗਿਆ ਮਤਲਬ ਫਰਕਸੀਅਰ ਦੇ ਟਾਈਮ ਤਾਂ ਦਿੱਲੀ ਸੀਗੇ ਨਾ ਉਹ ਨਹੀਂ ਤਾਂ ਕਹਿਣ ਪਏ ਉਹ ਰਤਨ ਸਿੰਘ ਭੰਗੂ ਨੇ ਤਾਂ ਸੰਤੋਖ ਸਿੰਘ ਨੇ ਝੂਠ ਲਿਖਿਆ ਝੂਠ ਨੀ ਭਾਜੀ ਤੁਸੀਂ ਤੁਸੀਂ ਦੇਖਣ ਤਾਂ ਕਹਿੰਦੇ ਅਗਲਾ ਹੋਰ ਦੇਖੋ ਤੁਸੀਂ ਕਮਾਲ ਦੀ ਗੱਲ ਆ ਤੇ ਜਦੋਂ ਤਾਂ ਇੱਥੇ ਭੀੜ ਪਈ ਮਤਲਬ ਕਿਤੇ ਇਹਦੇ ਜੰਗ ਚ ਕੋਈ ਲੈਣਾ ਦੇਣਾ ਨੀ ਮਤਲਬ ਸਿਰਫ ਗੱਲਾਂ ਐਡੀਆਂ ਐਡੀਆਂ ਕੀਤੀਆਂ ਮਤਲਬ ਸੇਮ ਧੁੰਦੇ ਵਾਲੀਆਂ ਉਹਦੀਆਂ ਉਹਦੀਆਂ ਸਟੇਟਮੈਂਟਾਂ ਆ ਆਨੰਦ ਲਾਲ ਦੀਆਂ ਮੈਂ ਮਰ ਜਾਊਂਗਾ ਮੈਂ ਸਿਰ ਬਾਰ ਦਊਂਗਾ ਜਿੱਦਣ ਪਿਆ ਦਬਕਾ ਤੇ ਉਹ ਬੈਠ ਗਿਆ ਜਾਪ ਪੜਨ ਉਦਾਂ ਦੀਆਂ ਨੀ ਹੈਗੀਆਂ ਏਦਾਂ ਹੁਣ ਤੁਸੀਂ ਦੱਸੋ ਹੁਣ ਹੋਰ ਦੇਖੋ ਹੋਰ ਤੇ ਤੈਨੂੰ ਦੇਖੋ ਤੁਸੀਂ ਕਮਾਲ ਦੀ ਦੇਖੋ ਗੱਲ ਹਾਂਜੀ ਉਹ ਜਿਹਦਾ ਵੀ ਗੱਲ ਨਾਲੇ ਮੈਨੂੰ ਨੀ ਪਤਾ ਮੈਂ ਨੀ ਪੜ੍ਹੀ ਇਹ ਨੀ ਦੱਸੀ ਹੈ ਮੈਨੂੰ ਉਹ ਸਿੱਤਮ ਦੀ ਗੱਲ ਦੇਖੋ ਤੇ ਗੁਰੂ ਪਾਤਸ਼ਾਹ ਉੱਥੋਂ ਨਿਕਲ ਗਏ ਉੱਥੇ ਉਹ ਨਦੇੜ ਚਲ ਗਏ ਨਦੇੜ ਉਹਨਾਂ ਦੇ ਛੁਰਾ ਵੀ ਵੱਜ ਗਿਆ ਛੁਰਾ ਵੱਜ ਕੇ ਸਰੀਰ ਵੀ ਛੱਡ ਗਏ ਦੁਨੀਆ ਸਿੱਖ ਖੇਰੂ ਖੇਰੂ ਹੋ ਗਏ ਸਿੱਖ ਉੱਧਰ ਬੰਦਾ ਸਿੰਘ ਕੋਈ ਆਗੂ ਨੀ ਰਿਹਾ ਸਿੱਖਾਂ ਨੂੰ ਸਮਝ ਨੀ ਲੱਗ ਰਹੀ ਅਸੀਂ ਕੀ ਕਰੀਏ ਉੱਧਰ ਬੰਦਾ ਸਿੰਘ ਬਹਾਦਰ ਆ ਰਿਹਾ ਉਹਦੀ ਮੁਗਲਾਂ ਨਾਲ ਸਿੱਧੀ ਕੜਕਦੀ ਆ ਤੇ ਭਾਈ ਨੰਦ ਲਾਲ ਜੀ ਸਕੂਲ ਖੋਲ ਕੇ ਬੈਠ ਗਏ ਨੰਦ ਲਾਲ ਇਹਨਾਂ ਦੀਆਂ ਜੜਾਂ ਚ ਬਹਿਣਾ ਮਿਲ ਲੱਗਦਾ ਉੱਜੜਨ ਦਾ ਟਾਈਮ ਹੈ ਸਿੱਖੀ ਦਾ ਹਾਲ ਬੁਰਾ ਆ ਬੱਚੇ ਸਾਰੀ ਕੌਮ ਰੋ ਰਹੀ ਆ ਚਾਰ ਸਾਹਿਬਜ਼ਾਦੇ ਉੱਜੜੇ ਆ ਬੱਚੇ ਨੀ ਮਿਲ ਰਹੇ ਬੱਚੇ ਉੱਜੜ ਗਏ ਮਤਲਬ ਜਿਹੜਾ ਸੱਚਾ ਸਿੱਖ ਹੋਊਗਾ ਮੈਂ ਗਰੰਟੀ ਕਰਦਾ ਉਹ ਘਰ ਨੀ ਟੇਕੇ ਰੋ ਰਿਹਾ ਹੋਊਗਾ ਉਹ ਜਿਹੜਾ ਗੁਰੂ ਨਾਲ ਰਿਹਾ ਹੈ ਨਾ ਉਹ ਇੱਕ ਵੀ ਆਪਣੀ ਰਹਿੰਦੀ ਏਜ ਚੱਕਰ ਨੈਚੁਰਲ ਮੌਤ ਨੀ ਮਰਿਆ ਗੁਰੂ ਨਾਲ ਰਹਿਣ ਵਾਲਾ ਕਿਉਂਕਿ ਕਹਿੜੇ ਹੀ ਇੰਨਾ ਵਰਤ ਗਿਆ ਜਿਹੜਾ ਚਾਰੇ ਸਾਹਿਬਜ਼ਾਦਿਆਂ ਜਿਹੜਾ ਕਹਿ ਰਿਹਾ ਉਹ ਅਣਹੋਣੀ ਆ ਕਮਾਲ ਦੀ ਉਹ ਵਰਤ ਗਈ ਹੈਨਾ ਉੱਥੇ ਤੁਸੀਂ ਤੁਹਾਨੂੰ ਸਕੂਲ ਖੋਲਣੇ ਕਿਹੜੀ ਸਰਪ੍ਰਸਤੀ ਨੇ ਕਿਹਨੇ ਇਜਾਜ਼ਤ ਦਿੱਤੀ ਸਕੂਲ ਖੋਲਣ ਦੀ ਤੁਸੀਂ ਉਹਨਾਂ ਦੇ ਬਾਗੀ ਉਹਨਾਂ ਦੇ ਹੱਕ ਤੇ ਕਹੇ ਤੇ ਬਿਨਾਂ ਸਕੂਲ ਖੋਲ ਲਿਆ ਤੁਸੀਂ ਜਦੋਂ ਮਸਲਾ ਹੋਂਦ ਬਚਾਉਣੇ ਦਾ ਆ ਵੀ ਦਿੱਲੀ ਦਾ ਬਾਦਸ਼ਾਹ ਇਹ ਕਹਿ ਰਿਹਾ ਆ ਵੀ ਸਿੱਖ ਕੋਈ ਬਚਣਾ ਨੀ ਚਾਹੀਦਾ
ਬਹਾਦਰ ਸ਼ਾਹ ਨੇ ਵੀ ਬਹੁਤ ਜ਼ੁਲਮ ਕੀਤੇ ਆ ਭਾਜੀ ਸਿੱਖਾਂ ਦੇ, ਤੇ ਇਹਨਾਂ ਦਾ ਲਿਖਿਆ ਇਤਿਹਾਸ ਕਹਿੰਦਾ ਵੀ ਇੱਕ 14-15 ਸਾਲ ਦੇ ਬੱਚੇ ਦੀ ਮਾਂ ਚਾਹੁੰਦੀ ਸੀ ਉਹਨੂੰ ਬਚਾਉਣਾ, ਤੇ ਉਹਨੂੰ ਲਿਖ ਕੇ ਦੇਣਾ ਪਿਆ ਬਾਦਸ਼ਾਹ ਨੂੰ ਵੀ ਇਹ ਬੱਚਾ ਸਿੱਖ ਨਹੀਂ ਹੈਗਾ। ਅੱਛਾ, ਜਿਹੜੇ ਦਿੱਲੀ ਬੈਠੇ ਸੀ ਉਹਨੂੰ ਲਿਖ ਕੇ ਦਿੱਤਾ ਹੋਊਗਾ ਵੀ ਅਸੀਂ ਸਿੱਖ ਨਹੀਂ ਹੈਗੇ। ਕਿੱਦਾਂ ਮਤਲਬ ਕਿੱਦਾਂ, ਜਿਹੜਾ ਬੰਦਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਬਾਦਸ਼ਾਹ ਜਿਹੜਾ ਇੱਕ ਕੁਰਾਨ ਦੀ ਐਤ ਇਹਨੇ ਕਿਹਾ, ਹੁਣ ਮੈਂ ਨੀ ਨਾਲੇ ਮੈਂ ਇੱਕ ਹੋਰ, ਮੈਂ ਤਾਂ ਪਹਿਲਾਂ ਡਾਹੇ ਵਾਲੀ ਗੱਲ ਕੀਤੀ ਸੀ ਵੀ ਇਹਨੇ ਝੂਠ ਇੰਨੇ ਬੋਲੇ ਨਾ ਜਿਹੜਾ ਰਹੇ ਰੱਬ ਦਾ ਨਾਂ, ਹਨਾ। ਮੈਂ ਕਿਹਾ ਸੀਗਾ ਔਰੰਗਜ਼ੇਬ ਨਾਲ ਰਹਿੰਦਾ, ਇਹਨੇ ਕਹਿੰਦੇ ਰਹਿੰਦਾ ਨੀ ਰਿਹਾ, ਚਲੋ ਕਿਤੇ ਕਹਿੰਦੇ ਪੜਾਇਆ ਵੀ ਹੋਊਗਾ। ਹੋਰ ਯਾਰ ਹੁਣ ਤੁਸੀਂ ਆਹੀ ਤਾਂ ਗੱਲ ਅਸੀਂ ਕਹਿੰਦੇ ਤੇ ਕਿਤੇ ਇਹਦਾ ਰਹਿਣ ਦਾ ਮਤਲਬ, ਮੈਂ ਕਿਹੜੇ ਫੁੱਲਾਂ ਵਾਲੀ ਰਿਆਇਤ ਸੁਣਦੇ ਕਹਿੰਦਾ ਉਹਨਾਂ ਨੂੰ ਇਕੱਠਿਆਂ ਨੂੰ, ਉਹ ਰਹਿਣ ਦਾ ਮਤਲਬ ਆ ਉਹਦੇ ਲਈ ਕੰਮ ਕਰਦਾ ਸੀ ਯਾਰ। ਹੁਣ ਜਿੱਦਾਂ ਅਸੀਂ ਕਹਿ ਦਿੰਦੇ ਵੀ ਬਾਦਲ ਮੋਦੀ ਦੇ ਨਾਲ ਨਾਲ ਭਾਜਪਾ ਦੇ ਨਾਲ ਨਾਲ ਚੱਲ ਰਿਹਾ, ਨਾਲ ਚੱਲ ਰਿਹਾ, ਨਾਲ ਚੱਲਣ ਦਾ ਮਤਲਬ ਵੀ ਪੈਰਲੇ ਚੱਲਦੇ ਆ ਕਿ ਗਲੀ ਚ ਤੁਰੇ ਫਿਰਦੇ ਆ। ਫੁੱਲਾਂ ਵਾਲੀ ਰਜਾਈ ਕਹਿੰਦੇ ਗਿਆ ਤੁਸੀਂ, ਰਹਿੰਦੇ ਦਾ ਮਤਲਬ ਅਰਥ ਹੀ ਨੀ ਗਲਤ, ਪਤਾ ਨੀ ਕਿੱਦਾਂ ਕੱਢਿਆ ਤਾਂ ਕਹਿੰਦਾ। ਹੁਣ ਤੁਸੀਂ ਦੱਸੋ ਵੀ ਬੰਦਾ ਕੀ ਕਰੇ ਹੁਣ ਜੇ ਉਹਦੇ ਹੱਥ, ਫਿਰ ਕਹਿੰਦੇ ਆਪੇ ਹੀ ਮੰਨ ਗਿਆ ਉਹੀ ਗੱਲ, ਫਿਰ ਜਿਹੜੀ ਮੈਂ ਕੀਤੀ ਉੱਥੇ ਹੀ ਫੇਰ ਆ ਗਏ। ਤਿੰਨ ਆਇਤ ਪੜ੍ਹਤੀ ਆ ਕੋਈ, ਉਹ ਕਹਿੰਦੇ ਤਾਂ ਉਹਦੇ ਤੇ ਸਖਤੀ ਹੋਣੀ, ਬਹਾਦਰ ਸ਼ਾਹ ਨੇ ਉਹਨੂੰ ਭੇਜ ਦਿੱਤਾ ਉੱਥੋਂ। ਇੱਕ ਔਰੰਗਜ਼ੇਬ ਨੇ ਇੱਕ ਆਇਤ ਪੜ੍ਹਨੇ ਦੀ ਸਖਤੀ ਕਰਨ ਦਾ ਫੈਸਲਾ ਲੈ ਲਿਆ, ਬਾਦਸ਼ਾਹ ਨੇ ਉਹਨੂੰ ਔਰੰਗ ਉਹਦੇ ਪੁੱਤ ਨੇ ਉਹਨੂੰ ਉੱਥੇ ਭੇਜਤਾ, ਤੇ ਜਦੋਂ ਆਨੰਦਪੁਰ ਛੱਡਿਆ ਉਦੋਂ ਤਾਂ ਉਹ ਤੋਂ ਕਈ ਗੁਣਾ ਜ਼ਿਆਦਾ ਵੱਡੀ ਗਲਤੀ ਆ, ਬਾਗੀ ਦੇ ਨਾਲ ਜਾ ਰਿਹਾ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ। ਹਾਂ ਉਹ ਕੱਖ ਵੀ ਨੀ, ਔਰੰਗਜ਼ੇਬ ਨੇ ਫਿਰ ਕਿੱਦਾਂ ਸਵੀਕਾਰ ਕਰ ਲਿਆ ਦਿੱਲੀ ਚ ਗਿਆ ਵਾ ਯਾਰ, ਫਿਰ ਕਿੱਦਾਂ ਦਰਬਾਰ ਔਰੰਗਜ਼ੇਬ ਦਿਲ ਦੇ ਮੋਹ ਕਿੱਦਾਂ ਚੱਲ ਗਿਆ। ਉਹ ਤਾਂ ਕਹੂਗਾ ਪਤੰਦਰਾ ਮੈਂ ਤਾਂ ਤੈਨੂੰ ਪਹਿਲਾਂ ਲੱਭਦਾ, ਤੂੰ ਤਾਂ ਡਬਲ ਗਲਤੀਆਂ ਹੋਰ ਕਰਿਆ, ਹੁਣ ਤਾਂ ਤੈਨੂੰ ਮੈਂ ਛੱਡਿਆ ਨੀ ਸਕਦਾ। ਨਾਲੇ ਗੁਰੂ ਗੋਬਿੰਦ ਸਿੰਘ ਆ ਕੇ ਕਹਿੰਦਾ ਵੀ ਉਹ ਮੇਰੇ ਤੇ ਅਤਿਆਚਾਰ ਕਰਦਾ, ਉਧਰ ਜਾ ਕੇ ਕਹਿਤਾ ਹੋਣਾ ਵੀ ਗੁਰੂ ਗੋਬਿੰਦ ਸਿੰਘ ਨੇ ਅਤਿਆਚਾਰ ਕੀਤਾ। ਜਿਹੜਾ ਕਰਨਾ ਤਾਂ ਹੁਣ ਜਦਰ ਕਹਿੰਦਾ ਵੀ ਕਿਸੇ ਕੋਈ ਮਿਲਣ ਗਿਆ, ਨੰਦ ਲਾਲ ਕਹਿੰਦਾ ਆਟੇ ਨਾਲ ਲਿਬੜਿਆ ਤਾਂ। ਹੁਣ ਜਿਹੜਾ ਬੰਦਾ ਇਹ ਕੰਮ ਕਰਨ ਜਾਊਗਾ ਉਹ ਜਾਂ ਤਾਂ ਜ਼ਿਆਦਾ ਲਿੱਦ ਚੱਕਦਾ ਹੋਊਗਾ, ਜਾਂ ਉਹ ਲੰਗਰ ਦੇ ਭਾਂਡੇ ਮਾਂਡਾ ਉਹ ਇੱਦਾਂ ਦੇ ਪੈਵੇਂ ਕਰਕੇ ਆਪਣੀ ਕੰਮ ਕਰ ਸਕਦਾ ਉਦਾਂ ਬੰਦਾ। ਹੁਣ ਜੰਗ ਦੇ ਵਿੱਚ ਤਾਂ ਪਹਿਚਾਣਿਆ ਜਾਣਾ ਉਹਨੇ, ਉੱਥੇ ਤਾਂ ਲੱਡੂ ਗੁੰਮੋਰੇ ਜਾ ਕੇ ਜਾਣੀ ਨਾ। ਮੈਂ ਸਤਨਾਮ ਸਿੰਘ ਇੱਕ ਮੈਂ ਸੀਰੀਅਲ ਦੇਖਦਾ ਸੀ, ਉਹਦੇ ਚ ਨਾ ਇੱਦਾਂ ਦੋ ਗਰੁੱਪ ਹੁੰਦੇ ਆ, ਤੇ ਇੱਕ ਗਰੁੱਪ ਉਹਦਾ 400 ਬੰਦਾ ਦੂਜੇ ਗਰੁੱਪ ਦੇ ਨਾਲ ਉਹਤੇ ਕਬਜ਼ਾ ਕਰਨ ਜਾਣ ਦੀ ਤਿਆਰੀ ਕਰ ਰਿਹਾ, ਤੇ ਬੜਾ ਬੜੇ ਸੀਕ੍ਰੇਟਲੀ ਗਏ ਉਹ। ਹਾਂਜੀ, ਤੇ ਉਹਨਾਂ ਦਾ ਇੱਕ ਬੰਦਾ ਜਿਨ੍ਹਾਂ ਤੇ ਕਬਜ਼ਾ ਕਰਨਾ ਸੀ ਉੱਥੇ ਅੰਦਰ ਗਿਆ ਸੀ ਉਹਨਾਂ ਦੇ, ਤੇ ਉਹਨਾਂ ਨੂੰ ਭਰਮਾਤਾ ਚੱਕਰ ਚ ਪਾ ਤਾ, ਤੇ ਉਹ ਜਿਹੜਾ ਅੰਦਰ ਗਿਆ ਸੀ ਬੰਦਾ ਉਹ 10-12 ਬੰਦੇ ਉਹਨਾਂ ਦੇ ਭੰਨ ਕੇ ਉਹ ਵੱਖਰੇ ਬੈਠੇ ਸੀ। ਜਦੋਂ ਨਾ ਉਹ ਗਰੁੱਪ ਨੇੜੇ ਗਿਆ ਤੇ ਜਿਹੜੇ ਗਰੁੱਪ ਤੇ ਕਬਜ਼ਾ ਕਰਨਾ ਸੀ ਉਹਨੇ ਅੰਦਰੋਂ ਫਾਇਰਿੰਗ ਕਰ ਦਿੱਤੀ ਅੰਧਾ ਧੁੰਦ, ਕੀਤੀ ਵੀ ਇਸ ਤਰੀਕੇ ਨਾਲ ਵੀ ਜਿੱਦਾਂ ਉਹਨਾਂ ਨੂੰ ਸਾਰੀ ਚੀਜ਼ ਪਤਾ ਹੁੰਦੀ ਆ, ਉਹਨਾਂ ਦੇ ਬੰਦੇ ਮਰ ਗਏ ਬਹੁਤ। ਜਦੋਂ ਉਹਨੇ ਬੈਠ ਕੇ ਇੱਕਦਮ ਨਾ ਇੱਦਾਂ 2 ਮਿੰਟ ਲੱਗੇ ਉਹਨਾਂ ਨੂੰ ਜਦੋਂ ਵਿਚਾਰ ਕੀਤੀ ਉਹਨੇ, ਕਹਿੰਦੇ ਹੋਇਆ ਕੀ ਆ, ਉਹ ਚੋਂ ਉਹ ਕਹਿੰਦੇ ਸਾਡੇ ਚੋਂ ਦੇਖੋ ਬੰਦਾ ਮਿਸਿੰਗ ਕਿਹੜਾ ਆ, ਜਿਹੜੇ ਬੈਠੇ ਸੀ ਉਹ ਚੋਂ ਇੱਕ ਬੰਦਾ ਗਾਇਬ ਲੱਭਾ ਉਹਨਾਂ ਨੂੰ, ਕਹਿੰਦੇ ਉਹਦਾ ਕੰਮ ਆ। ਬਸ 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 ਹੁਣ ਹੋਰ ਦੇਖੋ ਭਾਜੀ, ਹੁਣ ਜਦੋਂ ਜਿਹੜੇ ਬੰਦੇ ਪਾਕਿਸਤਾਨ ਚ ਜਾਂਦੇ ਆ ਜਸੂਸੀ ਕਰਨ ਇੰਡੀਆ ਦੇ ਬੰਦੇ, ਮੰਨ ਲਓ ਉੱਥੇ ਜਾ ਕੇ ਫੌਜ ਤੋਂ ਸਭ ਤੋਂ ਘਟੀਆ ਕੰਮ ਕਰਦੇ, ਜਾਂ ਤਾਂ ਰੇਹੜੀ ਰੂੜੀ ਲਾਉਂਦੇ ਆ ਜਾਂ ਕੋਈ ਹੱਥ ਦੇਖਦੇ, ਜਾਣੀ ਕਿ ਸਭ ਤੋਂ ਮਾੜਾ ਕੰਮ ਜਿਹੜਾ ਆ ਉਹ ਚੁਣਦੇ ਆ ਉੱਥੇ ਜਾ ਕੇ, ਔਖਾ ਕੰਮ ਜਿਹ ਚ ਕੰਮ ਹੋ ਜਾਵੇ, ਜਾ ਕੇ ਫੌਜ ਤਾਂ ਭਰਤੀ ਨੀ ਹੁੰਦੇ ਉੱਥੇ। ਤੇ ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਹੁਣ ਆਨੰਦ ਲਾਲ ਆ ਕੇ ਜੇ ਉਹ ਲੰਗਰ ਚ ਹੀ ਕੰਮ ਕਰਨਾ, ਉਹਨੇ ਜੇ ਮੋਹਰੇ ਕਹਿੰਦਾ ਵੀ ਪਹਿਚਾਣਿਆ ਜਾਣਾ ਸੀਗਾ, ਉਹ ਤਾਂ ਗੁਰੂ ਪਾਤਸ਼ਾਹ ਨੇ ਮੈਂ ਗਰੰਟੀ ਕਰਦਾ ਵੀ ਨਹੀਂ ਮਿਲਿਆ ਉਹਨਾਂ ਕਦੇ ਵੀ।